ਅਸਲਾਮ ਅਲੈਕਮ ਦੋਸਤੋ ਬੱਟ ਜੀ ਕੀ ਹਾਲ ਹੈ ਠੀਕ ਠਾਕ ਆ ਤੇ ਸੰਜਣੇ ਦੀਆਂ ਫੜੀਆਂ ਖਾਂਦੇ ਰਹਿੰਦੇ ਅਸੀਂ ਮੁੰਡੇ ਇੱਥੇ ਸਾਰੇ ਬਹੁਤ ਸ਼ੌਕ ਨਾਲ ਈਵੇਂ ਜਿਵੇਂ ਬੱਕਰੇ ਦੇ ਪਾਏ ਖਾਦੇ ਜਾਂ ਤੁਸੀਂ ਜਾਨਵਰਾਂ ਦੇ ਇਹਦੇ ਤਗਿਆਂ ਟੁਗਿਆਂ ਦੇ ਪਾਏ ਖਾਦੇ ਬਹੁਤ ਤਾਕਤਵਾਰ ਹੁੰਦੇ ਯਾਨੀ ਜਿਸ ਬੰਦੇ ਨੂੰ ਇੱਥੇ ਕੰਮ ਕੋ ਮਾੜੇ ਕਮਜ਼ੋਰੀ ਜਾਂ ਕੋਈ ਮਸਲਾ ਹੁੰਦਾ ਨਾ ਉਹ ਬਸ ਦੂਸਰੇ ਤੀਸਰੇ ਦਿਨ ਫੜੀਆਂ ਲਿਆਉਂਦੇ ਯਾਨੀ ਜਿਸਮ ਦੇ ਵਿੱਚ ਤਾਕਤ ਆਂਦੀ ਨਾਲ ਨਾਲ ਤੇਵੇਂ ਕੱਟਦੇ ਇਹਨਾਂ ਨੂੰ ਨਾ ਬਸ ਥੋੜਾ ਸਾ ਪਿਆਜ਼ ਦਾ ਕੰਡਾ ਪਾਣਾ ਹਲਕਾ ਜਿਹਾ ਤੇ ਹਰੀਆਂ ਮਿਰਚਾਂ ਤੇ ਦੋ ਤਿੰਨ ਡਾਲੀਆਂ ਥੋਮ ਦੀਆਂ ਬਸ ਨਮਕ ਪਾ ਕੇ ਉਹ ਅੱਦਾਂ ਥੋੜਾ ਜਿਹਾ ਉਹਨੂੰ ਬਰੌਨ ਜਾਂ ਕਰਨਾ ਤੇ ਪਾਣੀ ਪਾ ਦੇਣਾ ਜਿਵੇਂ ਬਣਾਉਣਾ ਜਿਵੇਂ ਪਾਇ ਨਹੀਂ ਬਣਾਉਂਦੇ ਆ ਫਿਰ ਇਹ ਪੱਕਿਆਂ ਵਿੱਚੋਂ ਨਾ ਅੱਦਾਂ ਇਹਨਾਂ ਨੂੰ ਅੱਦਾਂ ਚੂਸਦੇ ਆ ਜ ਨਹੀਂ ਮੂੰਹ ਦੇ ਵਿੱਚ ਰੱਖ ਰੱਖ ਕੇ ਨਾ ਦੋਨੋਂ ਸਾਈਡਾਂ ਇਹਨਾਂ ਦੀਆਂ ਬਹੁਤ ਜ਼ਬਰਦਸਤ ਚੀਜ਼ ਆ ਇਹਨੂੰ ਮਰੰਗਾ ਵੀ ਕਹਿੰਦੇ ਸੰਜਣਾ ਵੀ ਕਹਿੰਦੇ ਸਵਾਂਜਣਾ ਵੀ ਕਹਿੰਦੇ ਇਹ ਬੜੀਆਂ ਸ਼ਫਾਵਾਂ ਇਹ ਤੇ ਨਸੋ ਬਿਮਾਰੀ ਦੀ ਸ਼ਫਾ ਦੱਸਦੇ ਇਹਦੀ ਨਾ ਓਕੇ ਭਾਈ ਭਾਈ